ਸਾਹਿਬ ਜੀ ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁਕੈ ਸਭ ਸੋਗ ਸੰਤਾਪੇ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਸ਼ਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਫੁਲੇ ਸੁਤ ਦਾਰਾ ਸਿਉ ਪ੍ਰੀਤ ਲਗਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਅਧਾਰਾ ਪੰਜਵੇਂ ਪਾਤਸ਼ਾਹ ਦਾ ਪਾਵਨ ਪਵਿੱਤਰ ਸ਼ਬਦ ਅਰਦਾਸ ਕਰੀਏ ਸੱਚੇ ਪਿਤਾ ਮੇਰੇ ਜੀਵਨ ਦਾ ਆਧਾਰ ਤੁਹਾਡੀ ਬਾਣੀ ਬਣ ਜਾਵੇ ਮੇਰੇ ਜੀਵਨ ਦਾ ਆਧਾਰ ਤੁਹਾਡੀ ਸੇਵਾ ਬਣ ਜਾਵੇ ਇਹ ਅਰਦਾਸ ਕਰੀਏ ਸਤਿਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ ਜਦੋਂ ਆਸਰਾ ਗੁਰੂ ਦਾ ਹੋਵੇ ਫਿਰ ਕੀ ਹੁੰਦਾ ਤੁੱਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰ ਸੱਚ ਹੈ ਜਦੋਂ ਉਹ ਟੁੱਟਦਾ ਹੈ ਨਾ ਜ਼ਿੰਦਗੀ ਦੇ ਸਾਰੇ ਵਿਕਾਰ ਸਾਰੇ ਤਾਪ ਸਾਰੇ ਸੰਤਾਪ ਸੰਗਤ ਜੀ ਧਿਆਨ ਨਾਲ ਸੁਣਿਓ ਜਦੋਂ ਉਹ ਟੁੱਟਦਾ ਹੈ ਨਾ ਸਾਰੇ ਤਾਪ ਸਾਰੇ ਵਿਕਾਰ ਸਭ ਕੁਝ ਖਤਮ ਹੋ ਜਾਂਦਾ ਬੋਲੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਗੱਜ ਕੇ ਬੋਲੋ ਵਾਹਿਗੁਰੂ ਵਾਹਿਗੁਰੂ ਇਹ ਅਰਦਾਸ ਹੋ ਭਗਤਾਂ ਕੀ ਟੇਕ ਤੂੰ ਸਾਰੇ ਬੋਲੋ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਮਿਲੇ ਸੱਚਾ ਸਿਰਜਣਹਾਰਾ ਅਰਦਾਸ ਇਹ ਹੋਈ ਹੈ ਪਿਤਾ ਜੀ ਰਹਿੰਦੇ ਸਵਾਸਾਂ ਤੱਕ ਤੁਹਾਡੇ ਚਰਨਾਂ ਦੀ ਪ੍ਰੀਤ ਬਣੀ ਰਵੇ
ਅਖੀਰਲੇ ਸਵਾਸਾਂ ਤੱਕ ਤੁਹਾਡੇ ਚਰਨਾਂ ਨਾਲ ਨਿਭ ਜਾਵੇ। ਜਦੋਂ ਮੈਨੂੰ ਨਾਮ ਚੇਤਾ ਉਦੋਂ ਨਾ ਆਵੇ ਜਦੋਂ ਮੇਰੇ ਸਿਰ ਤੇ ਦੁੱਖ ਆਉਣ, ਮੈਨੂੰ ਨਾਮ ਚੇਤਾ ਉਦੋਂ ਆਵੇ ਜਦੋਂ ਮੈਂ ਸੁੱਖਾਂ ਚ ਹੋਵਾਂ। ਬੋਲੋ ਵਾਹਿਗੁਰੂ। ਇਹ ਅਰਦਾਸ ਹੈ ਸਿੱਖ ਦੀ। ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਬੰਦਾ ਕਹਿੰਦਾ ਦੁੱਖ ਦਾਰੂ ਕਿਵੇਂ ਬਣ ਗਿਆ? ਉਹ ਦੁੱਖ ਸਿਰ ਤੇ ਆਇਆ, ਹੱਥ ਵਿੱਚ ਮਾਲਾ ਫੜ ਲਈ, ਉਹ ਦੁੱਖ ਦਾਰੂ ਬਣ ਗਿਆ। ਉਹ ਸੁੱਖ ਰੋਗ ਕਿਵੇਂ ਬਣ ਗਿਆ? ਜਦੋਂ ਚਾਰ ਠੀਕਰੀਆਂ ਜੇਬ 'ਚ ਆਈਆਂ ਫਿਰ ਗੁਰੂ ਭੁੱਲ ਗਿਆ। ਬੋਲੋ ਵਾਹਿਗੁਰੂ। ਫਿਰ ਰੋਗ ਬਣ ਗਿਆ ਜਦੋਂ ਸੇਵਾ ਚਲੀ ਗਈ, ਸਿਮਰਨ ਚਲਾ ਗਿਆ। ਉਹ ਜਿਹੜਾ ਦੁੱਖ ਜ਼ਿੰਦਗੀ ਵਿੱਚ ਆਇਆ ਉਹ ਭੁੱਲ ਗਏ, ਉਹ ਰੋਗ ਬਣ ਗਿਆ। ਆਓ ਸਾਰੇ ਰਲ ਕੇ ਸ਼ਬਦ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਵੇ। ਸਤਿਗੁਰ ਪਾਸ ਬੇਨੰਦੀਆ ਮਿਲੇ ਨਾਮ ਅਧਾਰ, ਸਤਿਗੁਰ ਪਾਸ ਬੇਨੰਦੀਆ ਮਿਲੇ ਨਾਮ ਅਧਾਰ। ਕਰੋ ਕਿਰਪਾ ਸਤਿਗੁਰ ਪਾਸ ਬੇਨੰਦੀਆ ਮਿਲੇ ਨਾਮ ਅਧਾਰ। ਸਤਿਗੁਰ ਪਾਸ ਬੇਨੰਤੀਆ ਵਾਹਿਗੁਰੂ ਮਿਲੇ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰ, ਤਾਪ ਗਿਆ ਸੰਸਾਰਾ। ਸਤਿਗੁਰ ਪਾਸ ਬੇਨੰਤੀਆ
ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰ ਜਨਹਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰ ਪਾਸ ਬੇਨੰਦੀਆ। ਸਾਰੇ ਬੋਲੋ ਮਿਲੇ ਨਾਮ ਅਦਾਰਾ, ਸਤਿਗੁਰ ਪਾਸ ਬੇਨੰਦੀਆ। ਸੱਚ ਤੇਰੀ ਸਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੀ ਸਮਗਰੀ, ਸੱਚ ਤੇਰਾ ਤੇਰੀ ਸਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾਜੀ ਨਿਆ, ਸੱਚ ਤੇਰਾ ਪਾਸਾਰਾ, ਤੇਰਾ ਰੂਪ ਅਗਮ ਹੈ, ਤੇਰਾ ਰੂਪ ਗੁਰ ਪਾਸ ਬੇਨੰਤੀਆ, ਮਿਲੇ ਸਤਿਗੁਰ ਪਾਸ ਬੇਨੰਤੀਆ।
ਸਾਰੇ
ਸਤਿਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ। ਉਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰਾ, ਗੁਰੂ ਕਿਰਪਾ ਕਰੇ। ਭਗਤੀ ਆਉਂਦੀ ਹੈ ਨਾ ਹੋ ਕੁਰਬਾਨੀ ਤੇਰਿਆਂ ਸੇਵਕ, ਸਾਰੇ ਬੋਲੋ ਹੋ ਕੁਰਬਾਨੀ ਤੇਰਿਆਂ ਸੇਵਕ। ਸੱਚੇ ਪਿਤਾ ਕਿੰਨਾ ਤੋਂ ਕੁਰਬਾਨ ਜਾਂਦੇ ਨੇ ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਹੁਣ ਤੁਸੀਂ ਸਾਰੇ ਬੈਠੇ ਹੋ, ਮੈਂ ਵੀ ਬੈਠਾ, ਪਤਾ ਨਹੀਂ ਕਿਹਨੂੰ ਪਿਆਰਾ ਲੱਗਦਾ। ਪਿਆਰਾ ਪਤਾ ਕਿਹਨੂੰ ਲੱਗਦਾ? ਜਿਹੜਾ ਰੋਜ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਦੀ ਸਤਿਗੁਰ ਜੀ ਨੂੰ ਰਜਾਉਂਦਾ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਾ ਕੇ ਧੰਨ ਗੁਰੂ ਰਾਮਦਾਸ ਸਾਹਿਬ ਅੱਗੇ ਝੋਲੀ ਅੱਡ ਕੇ ਮੰਗਤਾ ਬਣ ਕੇ ਬਹਿ ਜਾਂਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਇਹ ਉਹਨੂੰ ਸਤਿਗੁਰ ਜੀ ਬੜਾ ਹੀ ਪਿਆਰ ਕਰਦੇ, ਉਹਨੂੰ ਗੁਰੂ ਸਾਹਿਬ ਬੜਾ ਹੀ ਪਿਆਰ ਕਰਦੇ। ਜਿਨ ਹਰ ਨਾਮ ਪਿਆਰਾ ਉਰਥੇ ਟੁੱਟਦੇ ਨੇ, ਉਹਦਾ ਜਨਮ ਮਰਨ ਕੱਟ ਦਿੰਦੇ ਨੇ। ਬੋਲੋ ਵਾਹਿਗੁਰੂ ਵਾਹਿਗੁਰੂ। ਫਿਰ ਤੁਸੀਂ ਸਾਰੇ ਮੈਂ ਵੀ ਅਸੀਂ ਰਲ ਕੇ ਪੜ੍ਹਦੇ ਹਾਂ, ਸੇਵਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ। ਫਿਰ ਉਹਦੀ ਉਹਦੀ ਪ੍ਰੀਤ ਹੈ ਨਾ, ਪ੍ਰੀਤ ਜਿਹੜੀ ਓੜਕ ਨਿਭਦੀ ਹੈ। ਸਤਿਗੁਰੂ ਜੀ ਅੱਗੇ ਮੈਂ ਇੱਕੋ ਗੱਲ ਕਹਿਣਾ ਹੁੰਦਾ, ਪਿਤਾ ਜੀ ਸੁੱਖ ਜਿੰਨੇ ਮਰਜ਼ੀ ਦੇ ਦਿਓ, ਪਰ ਸੁੱਖਾਂ ਦੇ ਨਾਲ ਆਪਣਾ ਨੇਮ ਵੀ ਦੇਣਾ। ਬੋਲੋ ਵਾਹਿਗੁਰੂ ਵਾਹਿਗੁਰੂ। ਕਈ ਵਾਰੀ ਨਾ ਮਾਇਆ ਦਾ ਇੰਨਾ ਕੁ ਪ੍ਰਭਾਵ ਪੈ ਜਾਂਦਾ ਨਾ, ਬੰਦਾ ਕਮਲਾ ਹੀ ਹੋ ਜਾਂਦਾ। ਸਿਰਫ ਤੇ ਸਿਰਫ ਕਾਰੋਬਾਰ ਚੇਤੇ ਰਹਿ ਜਾਂਦਾ, ਪਰਿਵਾਰ ਚੇਤੇ ਰਹਿ ਜਾਂਦਾ। ਕਈ ਜਾਣੇ ਮਿਲਦੇ ਨੇ ਇੱਕੋ ਗੱਲ ਕਹਿੰਦੇ, ਜ਼ਿੰਦਗੀ ਮਿਲੀ ਇੱਕੋ ਵਾਰੀ, ਕਰਨ ਕੀ ਆਇਆ, ਘੁੰਮੋ ਫਿਰੋ। ਕਹਿੰਦੇ ਆ ਨਾ, ਐਸ਼ ਕਰੋ ਜਿੰਨੀ ਕੀਤੀ ਜਾਂਦੀ ਹੈ। ਕਿਸੇ ਗੁਰਮੁਖ ਕੋ ਬਹਿ ਕੇ ਵੇਖੋ ਪਤਾ ਕੀ ਕਹਿੰਦਾ। ਸਾਰੇ ਰਲ ਕੇ ਬੋਲੀਏ, ਜਿੰਨੇ ਬਾਹਰ ਮੇਰੀਆਂ ਭੈਣਾਂ ਬੈਠੀਆਂ, ਇਹ ਅਰਦਾਸ ਕਰੋ। ਜਿਹੜਾ ਗੁਰਮੁਖ ਕੀ ਕਹਿੰਦਾ, ਉਹ ਕਹਿੰਦਾ ਭਾਈ ਪ੍ਰਾਪਤ। ਤੁਸੀਂ ਬੋਲਦੇ ਕੌਣੀ ਪਏ, ਮੈਨੂੰ ਇਹ ਨਹੀਂ ਸਮਝ ਆਉਂਦੀ। ਭਾਈ ਪ੍ਰਾਪਤ ਮਾਨੁਖ ਤਿਹੁਰੀਆ, ਖੁੱਲ ਕੇ ਬੋਲੋ, ਇਹ ਗੁਰਬਾਣੀ ਹੈ। ਪਤਾ ਨਹੀਂ ਕਿਹੜਾ ਵੇਲਾ ਆ ਜਾਣਾ, ਕੰਨਾਂ 'ਚ ਕਹਿਣਾ ਪੈਣਾ ਬਾਪੂ ਬੋਲ ਵਾਹਿਗੁਰੂ, ਅਤੇ ਬੋਲਿਆ ਨਹੀਂ ਜਾਣਾ। ਮਾਤਾ ਜੀ ਬੋਲੋ ਵਾਹਿਗੁਰੂ, ਅੱਖਾਂ ਖੁੱਲੀਆਂ ਰਹਿਣੀਆਂ ਪਰ ਬੋਲਿਆ ਨਹੀਂ ਜਾਣਾ। ਅੱਜ ਰਸਨਾ ਵੀ ਹੈ, ਅੱਜ ਬੋਲੋ ਗੱਜ ਕੇ, ਬੋਲੋ ਵਾਹਿਗੁਰੂ ਵਾਹਿਗੁਰੂ। ਕਿਤੇ ਗੁਰਸਿੱਖ ਕੋ ਬਹਿ ਕੇ ਵੇਖ ਲੋ, ਗੁਰਸਿੱਖ ਇੱਕੋ ਆਖੇਗਾ, ਉਹ ਬੰਦਿਆ ਇਹ ਜਿਹੜਾ ਕੰਮ ਕਰਦਾ ਪਿਆ ਨਾ, ਜਦੋਂ ਕਰ ਰਿਹਾ
ਇਹ ਗੁਰੂ ਕੋ ਪੁੱਛ ਕੇ ਵੇਖ ਇਹ ਕੰਮ ਕੀ ਏ। ਭਈ ਪ੍ਰਾਪਤ ਮਾਨਖ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਜ। ਗੱਲ ਆ ਗਈ ਨਾ, ਜਿੰਨੇ ਵੀ ਕਾਰਜ ਕਰਦੇ ਆ ਆਪਣਾ ਆਪ ਸਵਾਰਦੇ ਆ। ਮਹਾਰਾਜ ਕਹਿੰਦੇ ਜੇ ਗੁਰੂ ਦੀ ਸ਼ਬਦ ਤੋਂ ਬਿਨਾਂ ਤੇਰੇ ਪਰਿਵਾਰ ਵਿੱਚ ਪ੍ਰਸ਼ਾਦਾ ਪੱਕਦਾ, ਜੇ ਰੋਟੀ ਪੱਕਦੀ ਹੈ ਜਿੰਨਾ ਮਰਜ਼ੀ ਪੈਸਾ ਖਰਚ ਕਰ ਲੈ ਬਰਕਤ ਨਹੀਂ ਉਹ ਪੈ ਸਕਦੀ। ਬੋਲੋ ਵਾਹਿਗੁਰੂ ਵਾਹਿਗੁਰੂ। ਬਰਕਤ ਪਾਉਣਾ ਚਾਹੁੰਦਾ ਨਾ, ਜੇ ਤੈਨੂੰ ਉਹ ਡਾਕਟਰਾਂ ਤੋਂ ਬਚਾ ਲਵੇ, ਜੇ ਤੈਨੂੰ ਵਕੀਲਾਂ ਤੋਂ ਬਚਾ ਲਵੇ, ਜੇ ਤੈਨੂੰ ਹਸਪਤਾਲਾਂ ਤੋਂ ਬਚਾ ਲਵੇ, ਤੇਰੇ ਘਰ ਦੇ ਕਲੇਸ਼ ਤੋਂ ਬਚਾ ਲਵੇ, ਫਿਰ ਇੱਕੋ ਗੱਲ ਕਰ ਗੁਰੂ ਦੇ ਸ਼ਬਦ ਨਾਲ ਜੁੜ ਜਾ। ਬੋਲੋ ਵਾਹਿਗੁਰੂ ਵਾਹਿਗੁਰੂ। ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਬਣਾ ਲਾ, ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਾ। ਅਵਰ ਕਾਜ ਤੇਰੇ, ਆਪਣੇ ਮਨ ਨੂੰ ਆਖੋ, ਗੱਜ ਕੇ ਆਖੋ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਖੇਡ, ਇਹ ਹੋਈ ਖੇਡ ਖੇਡਣ ਗੁਰਮੁਖ ਆਉਂਦੇ ਨੇ ਤੇ ਸਾਡੇ ਵਰਗੇ ਆਪਣਾ ਮੂਲ ਗਵਾ ਕੇ ਚਲੇ ਜਾਂਦੇ ਨੇ। ਆਪਣਾ ਮਨਮੁਖ ਚੱਲੇ ਮੂਲ ਗਵਾਈ ਜੀ ਤੇ ਗੁਰਮੁਖ ਲਾਹਾ ਲੈ ਗਏ, ਉਹ ਲਾਹਾ ਲੈ ਕੇ ਜਾਂਦੇ। ਉਹਨਾਂ ਵਾਸਤੇ ਕਾਰੋਬਾਰ ਵੀ ਏ, ਪਰ ਕਾਰੋਬਾਰ ਤੋਂ ਉੱਤੇ ਨੌਕਰੀ ਤੋਂ ਉੱਪਰ ਇੱਕ ਚੀਜ਼ ਹੈ, ਉਹ ਹੈ ਗੁਰੂ ਦਾ ਨੇਮ ਤੇ ਗੁਰੂ ਦਾ ਪਿਆਰ। ਮੇਰੀ ਵੀ ਅਰਦਾਸ ਕਰਿਓ ਤੇ ਆਪਣੀ ਵੀ ਕਰਿਓ। ਸਤਿਗੁਰ ਜੀ ਕਿਰਪਾ ਕਰਨੀ, ਜੀਵਨ ਵਿੱਚ ਪਿਆਰ ਬਖਸ਼ ਦੇਣਾ। ਬੋਲੋ ਵਾਹਿਗੁਰੂ ਵਾਹਿਗੁਰੂ। ਸੇਵਕ ਕੀ ਅਰਦਾਸ ਪਿਆਰੇ, ਜਪ ਜੀ ਪ੍ਰਭ ਚਰਨ ਤੁਮਾਰੇ। ਐਡੀ ਪਿਆਰੀ ਅਰਦਾਸ ਹੈ ਨਾ, ਸਾਰੇ ਰਲ ਕੇ ਕਰੀਏ, ਤਿੰਨ ਤਾਂ ਪ੍ਰਤੀ ਕਰਦੇ ਰਹੀਏ, ਅਖੀਰਲੇ ਸਵਾਸਾਂ ਤੱਕ ਕਰਦੇ ਰਹੀਏ। ਸੇਵਕ ਕੀ ਅਰਦਾਸ ਪਿਆਰੇ, ਜਪ ਜੀ ਪ੍ਰਭ ਚਰਨ ਜਪ ਜੀਵਾ। ਸੇਵਕ ਕੀ
ਅਰਦਾਸ ਪਿਆਰੇ ਪਾਤਸ਼ਾਹ ਜਪ ਜੀਵਾ ਪ੍ਰਭ ਚਰਨ ਤੁਮਾਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 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 ਧੰਨ ਧੰਨ ਬਾਬਾ ਦੀਪ ਸਿੰਘ 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 ਜੀ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਸੇਵਕ ਕੀ
ਲੰਘੀ ਅਰਦਾਸ ਪਿਆਰੀ ਜਪ ਜੀਵਾ ਪ੍ਰਭ ਚਰਨ ਤੁਮਾਰੇ ਸਦਾ ਸਦਾ ਜੈ ਬਲਿਹਾਰੀ ਬੋਲੋ ਸਦਾ ਸਦਾ ਪਿਤਾ ਤੂੰ ਇੰਨਾ ਕੁਝ ਮੈਨੂੰ ਦਿੱਤਾ, ਮੈਂ ਇੱਕ ਗੁਣ ਵੀ ਤੇਰਾ ਨਹੀਂ ਜਾਣਿਆ। ਜੇ ਆਪਣੀ ਪਛਾਣ ਕਰਾਉਣੀ ਹੈ ਨਾ, ਜੇ ਆਪਣੀ ਪਛਾਣ ਕਰਾਉਣੀ ਹੈ ਤੇ ਉਹਨੂੰ ਮਿਲੋ ਜਿਹਦੇ ਕੋਲ ਸਰੀਰ ਦਾ ਕੋਈ ਅੰਗ ਘੱਟ ਹੈ। ਬੋਲੋ ਵਾਹਿਗੁਰੂ। ਫਿਰ ਤੁਹਾਨੂੰ ਵੇਖੋ ਕਿੰਨਾ ਮਾਣ ਮਹਿਸੂਸ ਹੁੰਦਾ। ਸਾਨੂੰ ਸਤਿਗੁਰ ਜੀ ਸਰੀਰ ਦਿੱਤਾ, ਸਰੀਰ ਕਾਰੋਬਾਰ ਕਰਨ ਵਾਸਤੇ ਵੀ ਦਿੱਤਾ, ਪਰ ਸੱਚ ਜਾਣਿਓ ਅਸਲ ਵਿੱਚ ਸਰੀਰ ਤੰਦਰੁਸਤ ਦਿੱਤਾ ਮੇਰਾ ਸਿੱਖ ਗੁਰੂ ਦੀ ਸੇਵਾ ਨੂੰ ਕਮਾਵੇ। ਬੋਲੋ ਵਾਹਿਗੁਰੂ। ਤੇ ਜਿਹੜੇ ਹੱਥਾਂ ਨੇ ਕਦੀ ਸੇਵਾ ਨਹੀਂ ਕੀਤੀ, ਮੇਰੇ ਸਤਿਗੁਰੂ ਜੀ ਕਹਿੰਦੇ ਉਹ ਹੱਥ ਨਹੀਂ ਉਹ ਕੋੜੀ ਨੇ ਕੋੜੀ। ਬੋਲੋ ਵਾਹਿਗੁਰੂ। ਵਾਹਿਗੁਰੂ। ਬਿਨ ਸੇਵਾ ਤ੍ਰਿਗ
ਹੱਥ ਪੈਰ ਹੋਰ ਨਿਫਲ ਕਰਨੀ ਉਤਰੇ ਗਣੇ। ਸਾਡਾ ਛੋਟਾ ਵੀਰ ਜਿਹਦੇ ਘਰ ਆਪਾਂ ਬੈਠੇ ਹਾਂ ਉਹ ਗੁਰੂ ਰਾਮਦਾਸ ਸਾਹਿਬ ਨੇ ਆਪਣੇ ਗਲ ਨਾਲ ਲਾਇਆ, ਜਿਨ੍ਹਾਂ ਦੀ ਤੁਸੀਂ ਯਾਦ ਬਣਾ ਰਹੇ ਹੋ ਇਹਨਾਂ ਦੇ ਪਿਤਾ ਜੀ। ਇਹ ਜਿਹੜੀਆਂ ਗੁੜਤੀਆਂ ਮਿਲਦੀਆਂ ਵੱਡਿਆਂ ਤੋਂ ਮਿਲਦੀਆਂ, ਗੁਰੂ ਨਾਲ ਪਿਆਰ, ਗੁਰੂ ਦੇ ਕੀਰਤਨ ਨਾਲ ਪਿਆਰ ਬੜਾ ਹੀ ਕਰਦੇ ਸਨ। ਹੁਣ ਵੀ ਮੇਰਾ ਛੋਟਾ ਵੀਰ ਸਭ ਤੋਂ ਵੱਡੀ ਸੇਵਾ ਗੁਰੂ ਰਾਮਦਾਸ ਜੀ ਦੇ ਜੋੜਿਆਂ ਦੀ, ਇਸ ਤੋਂ ਵੱਡੀ ਕੋਈ ਸੇਵਾ ਨਹੀਂ। ਬੋਲੋ ਵਾਹਿਗੁਰੂ। ਮੈਨੂੰ ਉਹ ਗੱਲ ਚੇਤੇ ਆਉਂਦੀ, ਪਿੰਪਲੀ ਸਾਹਿਬ ਜਾਓ, ਇਤਿਹਾਸ ਲਿਖਿਆ ਜਦੋਂ ਕਾਬਲੋ ਸੰਗਤ ਆਈ ਗੁਰੂ ਅਰਜਨ ਸਾਹਿਬ ਤੇ ਮਾਤਾ ਗੰਗਾ ਜੀ ਰਾਤੀ ਸੇਵਾ ਕੀਤੀ, ਸਾਰੀ ਰਾਤ ਸੇਵਾ ਕੀਤੀ ਸੰਗਤ ਤੇ ਉਹ ਸੰਗਤ ਜਦੋਂ ਅੰਮ੍ਰਿਤਸਰ ਨੂੰ ਤੁਰੀ, ਜਿਹੜੇ ਦਰਸ਼ਨ ਕਰਨ ਆ ਰਹੇ ਨੇ ਉਹ ਰਾਤੀ ਲੱਤਾਂ ਘੁੱਟ ਰਿਹਾ। ਬੋਲੋ ਵਾਹਿਗੁਰੂ। ਜਿਹਦੇ ਦਰਸ਼ਨ ਕਰਨ ਆ ਰਹੇ ਹੈ ਕਰਨੀ, ਵੇਖੋ ਸਾਡਾ ਗੁਰੂ ਕਿੱਡਾ ਬੇਅੰਤ। ਸਾਰੀ ਰਾਤ ਮਾਤ ਗੰਗਾ ਜੀ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸੰਗਤ ਦੀ ਰੱਜ ਕੇ ਸੇਵਾ ਕੀਤੀ। ਸਵੇਰੇ ਤੁਰ ਲੱਗਿਆ ਸਾਰਿਆਂ ਨੇ ਥਾਪੀਆਂ ਦਿੱਤੀਆਂ, ਕਾਕਾ ਜੀਂਦਾ ਵਸਦਾ ਰਿਹਾ, ਬੜੇ ਥੱਕੇ ਸਾਂ, ਤੂੰ ਤੇ ਥਕਾਵਟ ਹੀ ਲਾਤੀ। ਬੋਲੋ ਵਾਹਿਗੁਰੂ। ਉਹ ਗੁਰੂ ਦੀ ਨਜ਼ਰ ਪੈ ਜਾਵੇ ਤੇ ਕਈ ਜਨਮਾਂ ਦੇ ਪਾਪ ਧੋਤੇ ਜਾਂਦੇ ਨੇ। ਉਹ ਜਿਸ ਗੁਰੂ ਨੇ ਆਪਣੇ ਹੱਥਾਂ ਨਾਲ ਲੱਤਾਂ ਘੁੱਟੀਆਂ ਹੋਣਗੀਆਂ ਉੱਥੇ ਰੋਗ ਰਹਿੰਦਾ। ਬੋਲੋ ਵਾਹਿਗੁਰੂ। ਸਾਰਿਆਂ ਨੇ ਸੀਸਾਂ ਦਿੱਤੀਆਂ। ਜਦੋਂ ਅੰਮ੍ਰਿਤਸਰ ਪਹੁੰਚੇ ਤੇ ਜਦੋਂ ਅਸੀਂ ਕਿਸੇ ਪੜਾਅ ਤੇ ਜਾਂਦੇ ਹਾਂ ਨਾ ਯਾਤਰਾ ਤੇ, ਜਿਉਂ ਜਿਉਂ ਕੋਲ ਆਉਂਦਾ ਸਾਨੂੰ ਚਾਹ ਵਧਦਾ ਕਿ ਪਹਿਲਾਂ ਦਰਸ਼ਨ ਕਰ ਆਈਏ। ਜਿਹਨੂੰ ਗੁਰੂ ਨਾਲ ਪਿਆਰ ਹੁੰਦਾ ਤੇ ਮੇਰੇ ਵਰਗਾ ਕਹਿੰਦਾ ਪਹਿਲਾਂ ਬਾਜ਼ਾਰੋਂ ਕੁਝ ਖਾ ਪੀ ਆਈਏ। ਬੋਲੋ ਵਾਹਿਗੁਰੂ। ਫਰਕ ਹੁੰਦਾ। ਸਾਰਿਆਂ ਨੇ ਸਮਾਨ ਰੱਖਿਆ, ਜੋੜੇ ਲਾਏ। ਹੁਣ ਇੱਕ ਬੰਦਾ ਤੇ ਖਲੋਣਾ ਸੀ ਜੋੜਿਆਂ ਦੀ ਰਾਖੀ ਤੇ ਸਮਾਨ ਦੀ ਰਾਖੀ। ਉਹ ਆਪਸ ਚ ਬਹਿਸ ਪਏ, ਉਹ ਕਹਿੰਦਾ ਤੂੰ ਖਲੋ, ਉਹ ਕਹਿੰਦਾ ਤੂੰ ਖਲੋ। ਉਹ ਜਦੋਂ ਉਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸ਼ਾਂਤੀ ਦੀ ਮੂਰਤ, ਨਿਮਰਤਾ ਇੰਨੀ ਕਿ ਕੋਈ ਅੰਤ ਹੀ ਨਹੀਂ। ਜੇ ਕਰਮੋ ਭਾਬੀ ਨੇ ਕੂੜਾ ਸੁੱਟਦੀ ਸੀ ਮਹਾਰਾਜ ਦੇ ਉੱਤੇ ਤੇ ਇੱਕ ਦਿਨ ਨਹੀਂ ਸੁੱਟਿਆ ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਵੇਖੋ ਕਰਮੋ ਭਾਬੀ ਠੀਕ ਏ ਕਿ ਅਸੀਂ ਜਲਦੀ ਆ ਗਏ ਹਾਂ ਕਿ ਉਹਨੂੰ ਚੇਤਾ ਭੁੱਲ ਗਿਆ। ਬੋਲੋ ਵਾਹਿਗੁਰੂ। ਇਹ ਗੁਰੂ ਲੱਭਣਾ। ਜਦੋਂ ਵੇਖਿਆ ਨਾ ਬਜ਼ੁਰਗਾਂ ਨੇ, ਲੈ ਵੀ ਕਹਿੰਦੇ ਗੱਲ ਬਣ ਗਈ। ਉਹ ਰਾਤ ਵਾਲਾ ਉਹ ਸਿੰਘ ਤੁਰਿਆ ਆਉਂਦਾ, ਉਹ ਸਿੱਖ ਜਿਹਨੇ ਰਾਤੀ ਸੇਵਾ ਕੀਤੀ, ਉਹ ਦੋਨੋਂ ਮੀਆਂ ਬੀਬੀ ਵੇਖੋ ਆਉਂਦੇ, ਅਸੀਂ ਅੰਦਰ ਦਰਸ਼ਨ ਕਰਨ ਆਉਂਦੇ ਹਾਂ ਤੇ ਇਹਨਾਂ ਨੂੰ ਆਪਾਂ ਸਮਾਨ ਦੀ ਤੇ ਜੋੜਿਆਂ ਦੀ ਰਾਖੀ ਛੱਡ ਜਾਂਦੇ ਹਾਂ। ਸਾਖੀ ਤੇ ਬੜੀ ਵਾਰੀ ਸੁਣੇ ਪਰ ਅਮਲ ਨਹੀਂ ਕੀਤਾ, ਅਸੀਂ ਬੁਰਾ ਨਾ ਮੰਨਿਆ।
ਹੁਣ ਅੰਦਰ ਗਏ ਗੁਰੂ ਸਾਹਿਬ ਹੈ ਨਹੀਂ ਸੀ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਮਿਲੇ ਪਾਤਸ਼ਾਹ ਜੀ ਕਿੱਥੇ ਨੇ? ਉਹ ਕਹਿੰਦੇ ਰਾਤ ਦੇ ਦੋਨੋਂ ਗੁਰੂ ਕੇ ਮਹਿਲ ਤੇ ਗੁਰੂ ਸਾਹਿਬ ਮਹਿਲਾਂ 'ਚ ਹੈ ਹੀ ਨਹੀਂ, ਇੱਥੇ ਹੈ ਹੀ ਨਹੀਂ, ਕਹਿੰਦੇ ਰਾਤ ਦੇ ਗਏ ਨੇ, ਪਤਾ ਨਹੀਂ ਕਿੱਧਰ ਨੂੰ ਨਿਕਲ ਗਏ। ਦੇ ਵਿੱਚੋਂ ਇੱਕ ਬਜ਼ੁਰਗ ਕਹਿੰਦਾ ਸਾਡੇ ਕੋਲ ਵੀ ਦੋਨੋਂ ਮੀਆਂ ਬੀਬੀ ਆਏ ਸੀ ਅੰਮ੍ਰਿਤਸਰ ਤੋਂ, ਸਾਡੀ ਸਾਰੀ ਰਾਤ ਸੇਵਾ ਕੀਤੀ, ਜਦੋਂ ਇੰਨੀ ਗੱਲ ਬਾਬਾ ਬੁੱਢਾ ਸਾਹਿਬ ਦੇ ਕੰਨਾਂ ਵਿੱਚ ਪਈ, ਕਹਿੰਦੇ ਕਿੱਥੇ ਨੇ? ਕਹਿੰਦੇ ਆਪਾਂ ਸਮਾਨ ਦੀ ਤੇ ਜੋੜਿਆਂ ਦੀ ਰਾਖੀ ਪਾ ਕੇ ਆਏ ਹਾਂ। ਬੋਲੋ ਵਾਹਿਗੁਰੂ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਜਦੋਂ ਪਹੁੰਚੇ ਤੇ ਮੇਰੇ ਪੰਜਵੇਂ ਪਾਤਸ਼ਾਹ ਨੇ ਹੱਥ ਵਿੱਚ ਜੋੜਾ ਪਕੜਿਆ ਤੇ ਆਪਣੇ ਪੱਲੇ ਨਾਲ ਇੱਕ ਇੱਕ ਜੋੜੇ ਨੂੰ ਸਾਫ਼ ਕਰਦੇ ਪਏ ਨੇ। ਇਹ ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਚਲੇ ਜਾਓ, ਬਾਬਾ ਦੀਪ ਸਿੰਘ ਦੇ ਸਥਾਨ ਤੇ ਚਲੇ ਜਾਓ, ਇਹ ਜਿਹੜੇ ਜੋੜੇ ਘਰ ਸੇਵਾ ਕਰਦੇ ਨੇ ਨਾ, ਉਹ ਜਦੋਂ ਜੋੜਾ ਫੜਦੇ ਨੇ ਉਹਨਾਂ ਦੀਆਂ ਅੱਖਾਂ 'ਚ ਇੰਨਾ ਕੁ ਪਿਆਰ ਹੁੰਦਾ, ਉਹ ਇਹ ਜੋੜਾ ਕਿਸੇ ਇਨਸਾਨ ਦਾ ਨਹੀਂ, ਇਹ ਬਾਬਾ ਦੀਪ ਸਿੰਘ ਜੀ, ਇਹ ਗੁਰੂ ਰਾਮਦਾਸ ਜੀ, ਇਹ ਮੈਂ ਤੁਹਾਡਾ ਜੋੜਾ ਫੜਿਆ। ਬੋਲੋ ਵਾਹਿਗੁਰੂ। ਤੁਸੀਂ ਯਕੀਨ ਮੰਨਣਾ, ਤੁਸੀਂ ਤੋਲੀਆ ਲਾਉਂਦੇ ਹੋ ਹਰਿਮੰਦਰ ਸਾਹਿਬ, ਬਜ਼ੁਰਗ ਸਿੰਘ ਨਾ ਤੁਸੀਂ ਜਾਣਦੇ ਹੋ ਘਿਓ ਵਾਲੇ ਜਿਹੜੇ ਚੌਂਕੀ ਸਾਹਿਬ ਖੜਦੇ ਸਨ ਉਹਨਾਂ ਦੇ ਬਜ਼ੁਰਗ, ਜਿਨ੍ਹਾਂ ਦਾ ਸਾਡੇ ਚੌਂਕ 'ਚ ਬਰਫ਼ ਕਾਰਖਾਨਾ ਵੀ ਸੀ, ਕਹਿੰਦੇ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਨੇ ਮੰਤ, ਉਹ ਕਹਿੰਦੇ ਗੋਇੰਦਵਾਲ ਸਾਹਿਬ ਜਾਣਾ, ਉਹ ਖੰਬੇ ਨੂੰ ਘੁੱਟੀ ਜਾਣਾ। ਉਹ ਕਹੇ ਮੇਰੇ ਵਰਗੇ ਮੂਰਖ ਨੇ ਆਖਿਆ ਬਾਪੂ ਕੀ ਕਰੀ ਜਾਣਾ, ਪੱਥਰ ਘੁੱਟੀ ਜਾਣਾ। ਉਹ ਕਹ ਰੋ ਕੇ ਕਹਿੰਦੇ ਉਹ ਭਲਿਆ ਮਾਨਸਾ, ਉਹ ਤੈਨੂੰ ਪੱਥਰ ਨਜ਼ਰ ਆਉਂਦਾ, ਉਹ ਮੈਨੂੰ ਤੇ ਗੁਰੂ ਅਮਰਦਾਸ ਜੀ ਦੀਆਂ ਸਰੀਰ ਚੇਤੇ ਆਉਂਦਾ ਕਿ ਮੈਂ ਸਰੀਰ ਦੀ ਸੇਵਾ ਕਰਦਾ ਪਿਆ। ਮੈਨੂੰ ਤੇ ਗੁਰੂ ਅਮਰਦਾਸ ਜੀ, ਮੈਂ ਏਦਾਂ ਲੱਗਦਾ ਕਿ ਮੈਂ ਲੱਤਾਂ ਘੁੱਟ ਰਿਹਾ। ਜਦੋਂ ਜੋੜਾ ਫੜਿਆ ਪੰਜਵੇਂ ਪਾਤਸ਼ਾਹ ਮਾਤਾ ਗੰਗਾ ਜੀ ਇੱਕ ਇੱਕ ਜੋੜਾ ਸਾਫ਼ ਕਰਦੇ ਨੇ ਤੇ ਬਾਬਾ ਬੁੱਢਾ ਜੀ ਫੜਨ ਲੱਗੇ ਤੇ ਕਹਿੰਦੇ ਬਾਬਾ ਬੁੱਢਾ ਜੀ ਇਹ ਜੋੜਾ ਧੰਨ ਗੁਰੂ ਨਾਨਕ ਸਾਹਿਬ ਦਾ ਜੋੜਾ। ਬੋਲੋ ਵਾਹਿਗੁਰੂ। ਇਹ ਜੋੜਾ ਧੰਨ ਗੁਰੂ ਅੰਗਦ ਸਾਹਿਬ ਦਾ ਜੋੜਾ, ਇਹ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਸਾਹਿਬ ਦਾ ਜੋੜਾ ਹੈ, ਇਹ ਸੇਵਾ ਮੇਰੇ ਕੋਲ ਨਾ ਫੜਿਓ। ਬੋਲੋ ਵਾਹਿਗੁਰੂ। ਅਸੀਂ ਉਹਦਾ ਗੁਣ ਨਹੀਂ ਜਾਣਿਆ ਜੋ ਗੁਰੂ ਸਾਹਿਬ ਸਾਨੂੰ ਸਿਖਾ ਕੇ ਗਏ ਨਾ। ਮਹਾਰਾਜਾ ਸਰੀਰ ਤੇ ਰੋਗ ਹੋਵੇ ਨੇਮ ਸ਼ੁਰੂ, ਤੇ ਜਦੋਂ ਸਰੀਰ ਤੰਦਰੁਸਤ ਹੋਵੇ ਫਿਰ ਕਿਹੜੀ ਜਪਜੀ ਤੇ ਕਿਹੜੀ ਰਹਿ ਰਾਸ ਤੇ ਕਿਹੜਾ ਸੋਇਲਾ, ਕਿਹੜੀਆਂ ਪੰਜ ਬਾਣੀਆਂ, ਕਿਹੜੇ ਗੁਰੂ ਦੀ ਸੇਵਾ। ਤੇ ਜਦੋਂ ਬੰਦਾ ਹੁੰਦਾ ਨਾ ਬਿਮਾਰ ਫਿਰ ਕਹਿੰਦਾ ਗੁਰੂ ਰਾਮਦਾਸ ਜੀ ਮੈਨੂੰ ਠੀਕ ਕਰ ਦਿਓ, ਮੈਂ ਸਵੇਰੇ ਸ਼ਾਮ ਤੁਹਾਡੇ ਚਰਨਾਂ ਦੀ ਹਾਜ਼ਰੀ ਭਰਾਂਗਾ। ਇਹ ਫਰਕ ਹੈ। ਮੇਰੀ ਵੀ ਅਰਦਾਸ ਕਰਿਓ, ਆਪਣੀ ਵੀ ਕਰਿਓ, ਮਹਾਰਾਜ ਸਾਡੀ ਨਿਭਾ ਦੇਣਾ। ਬੋਲੋ ਵਾਹਿਗੁਰੂ। ਕਰਿਓ ਕਿਰਪਾ ਪੰਕਤੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ, ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ, ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ, ਨਾਨਕ ਸਾਧੂ
ਦੇਖ ਮਨ ਰਾਤਾ ਨਾਨਕ ਸਾਧੂ ਦੇਖ ਮਨ ਰਾ ਸਾਰੇ ਹੱਥ ਜੋੜ ਲੋ ਸੇਵਕ ਕੀ ਅਰਦਾਸ ਜਪ ਜੀਵਾ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਤੂੰ ਬੇਅੰਤ ਗੋਬਿੰਦ ਸ਼ਬਦ ਪਛਾਣ ਗੁਰ ਪ੍ਰਸਾਦ ਸ਼ਬਦ ਪਛਾਣ ਸੇਵਕ ਕੀ ਅਰਦਾਸ ਪਿਆਰ ਜਪ ਜੀਵਾ ਪ੍ਰਭ ਵਾਹਿਗੁਰੂ 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 ਜਪੋ ਪਿਆਰਿਓ ਵਾਹਿਗੁਰੂ 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 ਤੂੰ ਠਾਕੁਰ ਵਾਹਿਗੁਰੂ 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 ਜੀਓ ਬੰਦ ਵਾਹਿਗੁਰੂ ਵਾਹਿਗੁਰੂ ਸਭ ਤੇਰੀ ਵਾਹਿਗੁਰੂ 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 ਤੁਮ ਮਾਤ ਪਿਤਾ ਵਾਹਿਗੁਰੂ ਵਾਹਿਗੁਰੂ ਹਮ ਬਾਰਕ ਤੇਰੇ ਵਾਹਿਗੁਰੂ ਵਾਹਿਗੁਰੂ ਤੁਮਰੀ ਕਿਰਪਾ ਮੈਂ ਵਾਹਿਗੁਰੂ ਸੁਖ ਲਗਨ ਰੇ ਵਾਹਿਗੁਰੂ ਹਰ ਜੀਓ ਹਰ ਜੀਓ ਨਿਮਾਣਿਆ ਤੂੰ ਮਾਣ ਹੈ ਹਰ ਜੀ ਸੰਗਤ ਬੋਲੋ ਹਰ ਜੀਓ
ਸਹਾਰੇ ਜੀ। ਨਿਮਾਣਿਆ ਨਜੀਜਿਆ ਚੀਜ ਕਰੇ ਮੇਰਾ ਗੋਬਿੰਦ, ਨਜੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਾ ਕੁਰਬਾਨ, ਤੇਰੀ ਕੁਦਰਤ ਕਾ ਕੁਰਬਾਨ, ਤੇਰੀ ਕੁਦਰਤ ਕੋ ਕੁਰਬਾਨ, ਤੇਰੀ ਕੁਦਰਤ ਕੋ। ਸਾਰੇ ਝੋਲੀ ਅੱਡ ਕੇ ਬੋਲੋ, ਨਿਮਾਣਿਆ ਤੂੰ ਮਾਣ, ਨਿਮਾਣਿਆ ਤੂੰ ਮਾਣ, ਨਿਮਾਣਿਆ ਤੂੰ ਮਾਣ, ਨਿਮਾਣ ਕਰੇ ਮੇਰਾ ਗੋਬਿੰਦ, ਜਿਜਿਆ ਚੀਜ ਕਰੇ ਮੇਰਾ ਗੋਬਿੰਦ, ਨਾ ਜਿਜਿਆ ਚੀਜ ਕਰੇ ਮੇਰਾ ਗੋਬਿੰਦ, ਜਿਜਿਆ ਚੀਜ ਕਰੇ ਮੇਰਾ ਗੋਬਿੰਦ, ਮੇਰਾ ਗੋਬਿੰਦ, ਮੇਰਾ ਗੋਬਿੰਦ, ਮੇਰਾ ਗੋਬਿੰਦ, ਮੇਰਾ ਗੋਬਿੰਦ। ਗਈ ਬਹੁੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨ ਜਾਣਾ ਧਰਮ ਨ ਜਾਣਾ ਧੋਬੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ ਰਾਖੋ ਪੈਜ ਤੁਮਾਰੀ, ਹਰ ਜੀਓ ਹਰ ਜੀਓ ਨਿਮਾ। ਪਿਆਰ ਵਿੱਚ ਅਸੀਂ ਕੌਣ ਆ, ਉਹ ਜੈਸਾ ਬਾਲਕ ਭਾਈ ਸਬਾਈ ਲੱਖ ਅਪਰਾਧ ਕਮਾਵੇ, ਜੈਸਾ ਬਾਲਕ ਭਾਈ ਸਬਾਈ ਲੱਖ ਅਪਰਾਧ ਕਮਾਵੇ, ਘਰ ਉਪਦੇ ਚੜਕੇ ਬਾਪਾਤੀ ਬੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਅੰਤਰ ਜਾਮੀ ਸਭ ਬਿਰ ਜਾਣੇ ਕਿਸ ਪੇ ਆਖ ਸੁਣਾਈਏ, ਕਹਿਣੇ ਕਥਨ ਭੀਜੇ ਗੁਭ ਹਰ ਭਾਵੇ ਪੈਜ ਰਖਾਈ, ਅਵਰ ਓਟ ਮੈਂ ਸਾਰਿਆਂ ਨੂੰ ਵੇਖ ਲਿਆ, ਸਾਰੇ ਮਾਇਆ ਨਾਲ ਜੁੜੇ, ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀ ਹੈ, ਹੋਏ ਦਿਆ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁੱਕੇ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸਨ ਹਰ ਜੀਓ, ਹਰ ਜੀਓ ਨਿਮਾਣਿਆ ਤੂੰ ਮਾਣ,
ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਏਕ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਏ। ਏਕ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਜਪੋ ਪਿਆਰਿਓ ਸਾਰੇ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੈਸਾ ਬਾਲਕ ਵਾਹਿਗੁਰੂ ਵਾਹਿਗੁਰੂ ਕਰ ਉਪਦੇਸ਼ ਚਿੜਕੇ ਬੋਪਾਤੀ ਬਹੁੜ ਪਿਤਾ ਗਲ ਲਾਵੇ। ਪਿਛਲੇ ਰੱਬ ਆ ਕੇ ਮਾਰਗ ਪਾਵੇ। ਵਾਹਿਗੁਰੂ 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 ਕਰੇ ਮੇਰਾ ਗੋਬਿੰਦ। ਵਾਹਿਗੁਰੂ ਵਾਹਿਗੁਰੂ ਤੇਰੀ ਕੁਦਰਤ ਕੋ ਗੁਰਬਾਨ। ਵਾਹਿਗੁਰੂ ਜਨ ਲਗਾ ਹਰ ਇੱਕ ਨਾਏ। ਵਾਹਿਗੁਰੂ ਵਾਹਿਗੁਰੂ ਤਿਸ ਕੀ ਆਸ, ਵਾਹਿਗੁਰੂ ਨਾ ਬਿਰਥੀ ਜਾਏ। ਵਾਹਿਗੁਰੂ ਸੇਵਕ ਕਾ ਸੇਵਾ ਬਣ ਆਈ, ਸੇਵਾ ਬਣ ਆਈ, ਸੇਵਕ ਕੋ ਸੇਵਾ ਬਣ ਆਈ, ਸੇਵਕ ਕੋ ਸੇਵਾ ਬਣ ਆਈ। ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੂਝ ਪਰਮ ਪਦ ਪਾਈ। ਨਿਮਾਣਿਆ ਤੂੰ ਮਾਣ, 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 ਨਿਮਾਣਿਆ ਤੂੰ ਮਾਣ।
ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਹਰ ਜੀਉ ਹਰ ਜੀਉ ਸਾਰੇ ਬੋਲੋ ਨਿਮਾਨ ਤੁਮਾਨ ਗੁਰੂ ਕਿਰਪਾ ਕਰੇ ਮੇਰੀ ਵੀ ਅਰਦਾਸ ਕਰਿਓ ਅੱਜ ਤੋਂ ਅੰਮ੍ਰਿਤ ਵੇਲਾ ਨਾ ਤੁਹਾਡੇ ਹੱਥੋਂ ਜਾਵੇ ਪਤਾ ਨਹੀਂ ਜ਼ਿੰਦਗੀ ਕਿੰਨੀ ਕੁ ਪਈ ਹੈ ਅੰਮ੍ਰਿਤ ਵੇਲੇ ਉੱਠ ਕੇ ਜੇ 12 ਵਜੇ ਸੌਂਦੇ ਹੋ ਤਾਂ 12:30 ਸੌਣਾ ਸ਼ੁਰੂ ਕਰ ਦਿਓ ਹੱਥ 5 ਇਸ਼ਨਾਨਾ ਕਰਕੇ ਚੌਂਕੜਾ ਲਾ ਕੇ ਨੇਮ ਕਰਕੇ ਸੌਂ ਕੇ ਉੱਠੋਗੇ ਹੋਰ ਆਨੰਦ ਵੱਜੇਗਾ ਪਰ ਅੰਮ੍ਰਿਤ ਵੇਲਾ ਨਾ ਛੱਡਿਓ ਸੱਚ ਮਾਣਿਓ ਇੱਕ ਪੰਛੀ ਦੀ ਸੁਣਦਾ ਤੁਹਾਡੀ ਕਿਉਂ ਨਾ ਸੁਣੇਗਾ ਇਸੇ ਉਦਮ ਕਰਕੇ ਇੱਕ ਦਿਨ ਬਾਬਾ ਸ਼ਾਮ ਸਿੰਘ ਜੀ ਨੇ ਡੇਰੇ ਰੱਖੇ ਆ ਤੁਸੀਂ ਜ਼ਰੂਰ ਆਓ ਇੱਕ ਵਾਰੀ ਜ਼ਰੂਰ ਆਇਓ ਬਹੁਤ ਆਨੰਦ ਬਣਦਾ ਜੇ ਕਵਾੜ 2:30 ਵਜੇ ਖੁੱਲ੍ਹਦੇ ਨੇ ਤਾਂ 3 ਵਜੇ ਅਸੀਂ ਸ਼ੁਰੂ ਕਰਦੇ ਹਾਂ 4:15 ਵਜੇ ਤੱਕ 1.25 ਘੰਟਾ ਸਿਰਫ ਸ਼ੁੱਕਰਵਾਰ ਰਾਤੀ ਸ਼ਨੀਵਾਰ ਸਵੇਰੇ ਗੁਰੂ ਕਿਰਪਾ ਕਰੇ ਆਪ ਜੀ ਅਸੀਸਾਂ ਦੇਣ ਆਓ ਜਿੰਨੀ ਕੀਰਤਨ ਭੇਟ ਆਪ ਜੀ ਵੱਲੋਂ ਮਾਇਆ ਆਈ ਹੈ 9 ਯੂਨਿਟ ਚੱਲ ਰਹੇ ਨੇ ਜਿਹਦੇ ਵਿੱਚ ਡਿਸਪੈਂਸਰੀਆਂ 2 ਨੇ ਫਿਜ਼ੀਓਥੈਰੇਪੀ ਸੈਂਟਰ ਬਲੱਡ ਸੇਵਾ ਲੈਬੋਰਟਰੀ ਫਿਜ਼ੀਓਥੈਰੇਪੀ ਸੈਂਟਰ ਬੱਚਿਆਂ ਦੀ ਅਕੈਡਮੀ ਅੱਖਾਂ ਦੇ ਪਰੇਡ ਬੱਚਿਆਂ ਦੀ ਪੜ੍ਹਾਈ ਰੋਗੀਆਂ ਦਾ ਇਲਾਜ ਜੋ ਗੁਰੂ ਕਰਾ ਰਹੇ ਨੇ ਅਰਦਾਸ ਇਹ ਕਰਿਓ ਸੱਚੇ ਪਿਤਾ ਸੇਵਾ ਵੀ ਕਰਾਓ ਤੇ ਡਟ ਕੇ ਤੇ ਕਾਰੋਬਾਰ ਵੀ ਕਰਾਓ ਤੇ ਡਟ ਕੇ ਸੱਚੇ ਪਾਤਸ਼ਾਹ ਤਰਸ ਵਰਤਾਓ ਹੋਈਆਂ ਭੁੱਲਾਂ ਬਖਸ਼ਣੀਆਂ ਆਓ ਗੁਰੂ ਰਾਮਦਾਸ ਰਾਖੋ ਸਰਨਾਈ ਇਹਦੇ ਵਿੱਚ ਆਨੰਦ ਸਾਹਿਬ ਲਾਵਾਂਗੇ ਇਸ ਬੱਚੇ ਨੂੰ ਅਸੀਸ ਦੇਣਾ ਮੈਨੂੰ ਤੇ ਨਾਮ ਨਹੀਂ ਪਤਾ ਦੀਪਾਲ ਸਿੰਘ ਬੜਾ ਗੁਰੂ ਕਾ ਲਾਡਲਾ ਹੁਣ ਮੈਂ ਤੁਹਾਨੂੰ ਵਿਖਾ ਨਹੀਂ ਸਕਦਾ ਮੈਂ ਇਹਦਾ ਨਾਮ ਪਤਾ ਕੀ ਫੀਡ ਕੀਤਾ ਖੰਡ ਵਾਲਾ ਖੰਡ ਵਾਲੇ ਸੰਤ ਹੁਣ ਇਹਦੇ ਮੈਂ ਸਾਹਮਣੇ ਕਿਹਾ ਕਿ ਗੁਰੂ ਦੀ ਕਿਰਪਾ ਜਦੋਂ ਮਿਲਣਾ ਹੱਸ ਕੇ ਮਿਲਣਾ ਤੇ ਗੁਰੂ ਨਾਲ ਪਿਆਰ ਕਰਨ ਵਾਲਾ ਇਹਨੂੰ ਕਹਿੰਦੇ ਸੰਤ ਸੁਭਾਅ ਸੰਤ ਲੰਮੇ ਚੋਲੇ ਵਾਲਾ ਨਹੀਂ ਹੁੰਦਾ ਸੰਤ ਸੁਭਾਅ ਵਾਲਾ ਹੁੰਦਾ ਗੁਰੂ ਕਿਰਪਾ ਕਰੇ ਮਹਾਰਾਜ ਇਹਨੂੰ ਚੜ੍ਹਦੀ ਕਲਾ ਬਖਸ਼ਣ ਤੇ ਸਾਰੇ ਪਰਿਵਾਰ ਨੂੰ ਆਪਣੀ ਸੇਵਾ ਤੇ ਲੈਣ ਆਓ ਸਾਰੇ ਸ਼ਬਦ ਦੇ ਵਿੱਚ ਹੀ ਆਨੰਦ ਸਾਹਿਬ ਲਾਵਾਂਗੇ ਜੀ ਗੁਰ ਰਾਮਦਾਸ ਰਾਖੋ ਸਰਨਾ ਗੁਰ ਰਾਮਦਾਸ ਪਾਠ ਕੀਰਤ ਕੀ ਕਰੋ ਕਿਰਪਾ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਗੁਰ ਰਾਮਦਾਸ ਰਾਖੋ ਸਰਨਾਈ ਗੁਰ ਹਮ
ਛਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾ ਇੱਕ ਅਰਦਾਸ ਪਾਠ ਕੀਰਤ ਕੀ 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 ਗੁਰ ਰਾਮਦਾਸ ਰਾਖੋ ਸਰਨਾਈ ਗੁਰ ਰਾਮਦਾਸ ਰਾਖੋ ਸਰਨਾਈ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਸਦਾ ਰਹੋ ਹਰ ਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਰੰਗੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਾ ਸਵਾਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਓ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਓ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਤੇਰੇ ਸਭ ਕੁਝ ਹੈ ਸਦਾ ਸੁਖ ਸਲਾਹ ਤੇਰੀ ਮਨ ਵਸਾਵੇ ਇਨਾਮ ਜਿਣਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਹੀ ਆਧਾਰ ਮੇਰਾ ਜਨ ਦੁੱਖਾਂ ਸਭ ਗਵਾਈਆਂ ਕਸ਼ਾ ਸੁਪਣੇ ਵਸਿਆ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕਿਦਾ ਗੁਰ ਵਿਟੋ ਜਿੰਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਜੇ ਪੰਚ ਵਰਨ ਘਰ ਸਭਗੇ ਘਰ ਸਭਗੇ ਸ਼ਬਦ ਵਾਜੇ ਕਲਾ ਜਿਕਰਤਾਰੀਆਂ ਤੂੰ ਪੰਜ ਰੂਪ ਤੁਰ ਵਸ ਕੀਤੇ ਨਾਲ ਕੰਟ ਕੁਮਾਰਿਆ ਤੂੰ ਕਰਮ ਪਾਇਆ ਤੂੰ ਜਿਣ ਕੋ ਆਮ ਹਰ ਕਹਿ ਲਾਗੇ ਕਹੇ ਨਾਨਕ ਦੇ ਸੁਖ ਹੋਆ ਜਿਤ ਕਰ ਅਨੰਤ ਵਾਜੇ ਮਨਸ ਨੂੰ ਵਡ ਭਾਗੀ ਹੋ ਸਰਬ ਮਨੋਰਥ ਪੂਰੇ ਪਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਓ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ
ਸੰਤ ਸਜਣ ਭਏ ਸਰਸੇ ਗੁਰੇ ਗੁਰ ਤੇ ਜਾਣੀ ਸੁਣ ਦੇ ਗੁਣੀ ਕੇ ਦੇ ਪਵਿੱਤਰ ਗੁਰੇ ਭਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗ ਵਾਜੇ ਅਨੰਦ ਤੁਰੇ ਸਲੋ ਪਵਣ ਗੁਰੂ ਪਾਣੀ ਵਿਦਾ ਮਾਤਾ ਦਰਤ ਮਹਤ ਇਸਰਾ ਤੋਇ ਦਾਈ ਦਇਆ ਸਗਲੇ ਜਗਤ ਚੰਗੇ ਆਇਆ ਬੁਰੇ ਆਈ ਵਾਜੇ ਕਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਜਿਨੀ ਨਾਮ ਤੇ ਆਇਆ ਕੈਮ ਸਕਲ ਗਾ ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾ ਉਹ ਜਿਨੀ ਨਾਮ ਤੇ ਆਇਆ ਕੈਮ ਸਕਤ ਕਾਲ ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੱਜ ਕੇ ਬੁਲਾਵੇ ਸੋਹਣਿਆਲ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਨੌ ਵਜੇ ਦਾ ਸਮਾਂ ਸਾਡੇ ਅੱਗੇ ਆ ਅਤੇ ਗੁਰੂ ਕਿਰਪਾ ਕਰੇ ਪ੍ਰੋਗਰਾਮ ਦੋਨੋਂ ਹੀ ਬੁੱਕ ਹੋ ਗਏ ਅਤੇ ਸਤਿਗੁਰੂ ਮਿਹਰ ਕਰਨ ਉੱਧਰ ਕੀਰਤਨ ਦਰਬਾਰ ਹੈ ਉਹਨਾਂ ਨੇ ਫੋਟੋਆਂ ਲਾਤੀਆਂ ਨੇ ਤਾਂ ਮੈਂ ਤਾਂ ਨਾ ਕਰਤੀ ਸੀ ਅਤੇ ਹੁਣ ਅਰਦਾਸ ਕਰਿਓ ਕਿ ਉੱਥੇ ਵੀ ਮਹਾਰਾਜ ਪੜਦਾ ਕੱਜ ਲੈਣ ਜਿਵੇਂ ਇੱਥੇ ਕੱਜੇ ਆ ਰਸ਼ ਕਰਕੇ ਇੱਥੇ ਵੀ ਲੇਟ ਪਹੁੰਚੇ ਹਾਂ ਹੁਣ ਮਹਾਰਾਜ ਦਾ ਹੁਕਮ ਹੈ ਜਿਸ ਤਰ੍ਹਾਂ ਮਹਾਰਾਜ ਪਹੁੰਚਾਉਣ ਜੀ ਫਤਿਹ ਅਸੀਸ ਦਿਓ ਗੱਲ ਵਿੱਚ ਲੈ ਕੇ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮਹੇ ਜਾਣੇ ਨਾਨਕ ਦਾਤ ਸਾਦਾ ਕੁਰਬਾਣੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਾ ਭਗਵਤੀ ਸਮਰਕ ਗੁਰੂ ਨਾਨਕ ਲਈ ਧਿਆਇ ਬਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜੇ ਡਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਹੁਣ ਦਿਆਵੇ ਧਾਇ ਸਭ ਥਾਹੀ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਹੀ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛੱਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਡ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ
ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਚੇਤਾਵਣ ਕਾ ਸਤਿਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਹਾ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੀ ਮਾਨ ਨਿਤਾਣਿਆਂ ਦੀ ਤਾਨ ਨਿਉਟਿਆਂ ਦੀ ਓਟ ਨਿਆਤਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਦਤਾਰ ਪਿਤਾ ਜੀਓ ਆਪ ਜੀ ਦਾ ਪ੍ਰਮਾਣ ਹੈ ਸਰਬ ਸੁੱਖਾਂ ਕਾ ਦਾਤਾ ਸਤਿਗੁਰੂ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟ ਤੋਤ ਆਨੰਦਾ ਦੁੱਖ ਗਿਆ ਹਰ ਗਾਈਏ ਦੇ ਮਹਾਂਵਾਕਾਂ ਅਨੁਸਾਰ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਿਗੁਰ ਭਾਵੇ ਸੋ ਮੰਨ ਲੈਣ ਸੇ ਕਰਮ ਕਰੇਨ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦਰ ਘਰ ਦੇ ਪ੍ਰੀਤਵਾਨ ਗੁਰਮ ਪਿਆਰੇ ਸਵਰਗਵਾਸੀ ਸਰਦਾਰ ਮੋਹਨ ਸਿੰਘ ਜੀ ਸਤਿਗੁਰੂ ਜੀ ਹੋ ਉਹਨਾਂ ਦੀ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਬਰਸੀ ਦੇ ਸੰਬੰਧ ਵਿੱਚ ਸਤਿਗੁਰੂ ਜੀ ਹੋ ਸਮੂਹ ਪਰਿਵਾਰ ਇਕੱਤਰ ਹੋ ਕਰਕੇ ਸਤਿਗੁਰੂ ਜੀ ਹੋ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਂਵਾਕਾਂ ਅਨੁਸਾਰ ਸੇਵਕ ਪਰਿਵਾਰਾਂ ਨੇ ਸਹਿਜ ਪਾਠ ਆਰੰਭ ਕਰਵਾਏ ਸਨ ਆਪ ਜੀ ਦਾ ਮਿਹਰ ਸਦਕਾ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸਤਿਗੁਰੂ ਜੀਓ ਅੱਜ ਸੰਪੂਰਨ ਭੋਗ ਪਏ ਹਨ ਸਤਿਗੁਰੂ ਜੀਓ ਸਾਮਾਂ ਦੇ ਦੀਵਾਨ ਸਜਾਏ ਗਏ ਦਤਾਰ ਪਿਤਾ ਜੀਓ ਆਪ ਜੀ ਦੀ ਬਾਣੀ ਸੁਖਮਣੀ ਸੁਖੀ ਅਮਰਤ ਪ੍ਰਭ ਨਾਮ ਭਗਤ ਜਨਾ ਕੈ
ਮਨ ਬਿਸਰਾਮ। ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਚੁਪਈ ਸਾਹਿਬ ਜੀ ਦੇ ਪਾਠ ਹੋਏ, ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਫੁੱਲ ਚੁੱਕ ਮਾਫ ਕਰਨੀ ਦਤਾਰ ਪਿਤਾ ਜੀ ਉਪਰੰਤ, ਸ਼ਬਦ ਚੌਂਕੀ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਫੁੱਲ ਚੁੱਕ ਮਾਫ ਕਰਨੀ ਆਪ ਜੀ ਦੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀ ਹੋਈਆਂ ਫੁੱਲਾਂ ਮਾਫ ਕਰਨੀਆਂ, ਅਗਾਹਾਂ ਤੋਂ ਸੁਧ ਬਾਣੀ ਸੇਵਾ ਕਰਨ ਦਾ ਬਲ ਬਖਸ਼ਣਾ। ਸੇਵਕ ਪਰਿਵਾਰਾਂ ਨੂੰ ਆਪਣੇ ਦਰੋ ਕਰੋ ਸਿੱਖੀ ਸਿਦਕ ਭਰੋਸਾ, ਨਾਮ ਦਾਨ ਦੀਆਂ ਦਾਤਾਂ ਗੁਰੂ ਘਰ ਦੇ ਨਾਲ ਪਿਆਰ, ਗੁਰੂ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣਾ। ਦੁੱਖਾਂ ਦਾ ਨਾਸ ਸੁੱਖਾਂ ਦੇ ਪਰਵੇਸ਼ ਰੱਖਣੇ, ਬੱਚਿਆਂ ਦੇ ਸੀਸ 'ਤੇ ਮੇਰ ਭਰਿਆ ਹੱਥ ਰੱਖਣਾ, ਤੰਦਰੁਸਤੀ ਉੱਚ ਵਿੱਦਿਆ ਦਾ ਦਾਨ, ਅੰਮ੍ਰਿਤ ਵੇਲੇ ਦੇ ਜਾਗਣੇ ਨਾਮ ਬਾਣੀ ਦੇ ਨਾਲ ਜੋੜਨਾ, ਤਰੱਕੀਆਂ ਬਖਸ਼ਣੀਆਂ ਹਰ ਪ੍ਰਕਾਰ ਸਹਾਇਤਾ ਕਰਨੀ, ਦਤਾਰ ਪਿਤਾ ਜੀਓ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਂ ਪ੍ਰਵਾਨ ਕਰਨੀਆਂ, ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਦਾਤਾਰ ਪਿਤਾ ਜੀਓ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਦਰ 'ਤੇ ਕੜਾ ਪ੍ਰਸ਼ਾਦੀ ਦੇ ਹਾਜ਼ਰੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਗੁਰੂ ਦੇ ਲੰਗਰ ਹਾਜ਼ਰਨ ਦਰ ਪ੍ਰਵਾਨ ਹੋਵਨ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਸੇਵਕ ਪਰਿਵਾਰਾਂ ਦੇ ਖਜ਼ਾਨੇ ਭੰਡਾਰੇ ਭਰਪੂਰ ਰੱਖਣੇ, ਬੇਅੰਤ ਮਾਇਆ ਅਰਦਾਸ ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰੰਗ ਵਾਲੀਆਂ ਵਸਤਾਂ ਕਰਨੀਆਂ, ਬਾਣੀ ਦੇ ਨਾਲ ਜੋੜਨਾ ਸਤਿਗੁਰ ਜੀਓ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਸਹੀ ਪਿਆਰੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈਆ ਕਾਲ ਕੇ ਤਬ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਲੇ, ਰਾਜ ਕਰੇਗਾ ਖਾਲਸਾ ਹਾਕੀ ਰਹੇ ਨ ਕੋਏ। ਖੁਆਬ ਹੋਏ ਸਭ ਮਿਲੇਂਗੇ ਬਚੇ ਚਰਨ ਜੋ ਹੋਏ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾ, ਜੋ ਸਰਦਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ।
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸਵਾਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਹੋ ਨਾਹੀਂ ਜਿਸ ਪੇ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਤੁਮਰੀ ਸਰਨ ਤੁਮਾਰੀ ਆਸਾ, ਤੁਮਹੇ ਸੱਜਣ ਸੋਹਿਲੈ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਹੀ ਗੋਲੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਸ਼ਾਹ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਫੁੱਲੈ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਟ ਕੀ ਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਸੁਖ ਹੋ ਟਲ ਗੁਰੂ ਸੇਵੀਆ, ਅਹਿਨਸ ਸਹਿਜ ਸੁਭਾਈ, ਦਰਸ਼ਨ ਪ੍ਰਤੀਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਖ ਸਿਖ ਕਾਮਨੀ, ਨੁਰ ਅਰਸਾ ਗੁਰ ਸਾ ਜਟੀਐ, ਤੁਧ ਡਿੱਠੇ ਸੱਚੀ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ, ਗੁਰਪੁਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਾਰੀ ਇਸ਼ਨਾਨ ਗ੍ਰਹਿ ਆਈ, ਅਣਦ ਮੰਗਲ ਸੁਖ ਪਾਈ, ਗੁਰਪੁਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਾਰੀ ਇਸ਼ਨਾਨ ਗ੍ਰਹਿ ਆਏ, ਅਣਦ ਮੰਗਲ ਸੁਖ ਪਾਏ, ਸੰਤ ਹੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਣ ਦਿਨ ਸੋ ਕਿਰਤ ਕਰੀਐ, ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੈ,
ਹਰ ਚਰਨੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੇ ਕਲ ਰਾਖੇ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਜੜਾਇਆ। ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਜੜਾਇਆ। ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੁਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਅਣਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ।